ਸਰ ਮੈਂ ਪੰਜਾਬ ਰੋਡ 'ਚ ਡਰਾਈਵਰ ਹਾਂ ਜੀ। ਮੈਂ ਯਾਰਡ ਦੀ ਡਿਊਟੀ ਕਰਦਾ ਸੀਗਾ, ਡਿਊਟੀ ਕਰਕੇ ਮੈਂ ਆਇਆ 4 ਤੋਂ 12 ਮੇਰੀ ਡਿਊਟੀ ਸੀ। ਡਿਊਟੀ ਕਰਕੇ ਮੈਂ ਆਇਆ ਅਤੇ ਮੈਂ ਥੋੜ੍ਹਾ ਮੇਰਾ ਦੋਸਤ ਨੂੰ ਮਿਲਣ ਚਲਾ ਗਿਆ। ਸ਼ਾਮਾਂ ਨੂੰ 4 ਵਜੇ ਮੈਂ ਘਰ ਆਇਆ ਅਤੇ ਘਰ ਮੈਂ ਲੇਟਿਆ ਸੀ, ਅੰਦਰ ਲੰਮਾ ਪਿਆ ਸੀਗਾ। ਜਦੋਂ ਮੈਂ 6-7-8 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਬਾਹਰ ਨਿਕਲਿਆ, ਇਹ ਉੱਥੇ ਬਾਹਰ ਗਲੀ ਦੇ 'ਚ ਬੈਠ ਕੇ ਦਾਰੂ ਪੀ ਰਹੇ ਸੀ, ਕਾਲਾ ਅਤੇ ਕੁਲਦੀਪ ਨਾਲ ਦੋ ਜਣੇ ਹੋਰ ਸੀਗੇ। ਮੈਨੂੰ ਇਹਨਾਂ ਨੇ ਆਵਾਜ਼ ਮਾਰੀ ਆ ਮੁੰਡੇ ਨੂੰ, ਮੇਰੇ ਨੂੰ ਛੋਟੇ ਨੂੰ ਕਿਹਾ ਬਲਜਿੰਦਰ ਨੂੰ, ਕਹਿੰਦੇ ਵੀ ਡੈਡੀ ਨੂੰ ਭੇਜ। ਮੈਂ ਕਿਹਾ ਵੀ ਨਹੀਂ, ਮੈਂ ਨਹੀਂ ਦਾਰੂ ਪੀਣੀ। ਬਦੋ ਬਦੀ ਕਹੀ ਜਾਂਦੇ ਵੀ ਇੱਕ ਮਿੰਟ ਆਓ ਤਾਂ ਸਹੀ, ਆਓ ਤਾਂ ਸਹੀ। ਜਿੱਦਾਂ ਬੰਦੇ ਦਾ ਮਾਣ ਰੱਖਣ ਦਾ ਮਾਰਾ, ਮੈਂ ਤਾਂ ਚਲਾ ਗਿਆ ਜੀ, ਮੈਨੂੰ ਤਾਂ ਪਤਾ ਨਹੀਂ ਮੈਂ ਜਾ ਕੇ ਬੈਠਾ। ਉੱਥੇ ਜਾ ਕੇ ਬੈਠਿਆਂ ਬੈਠਿਆਂ ਗੱਲ ਚੱਲ ਪਈ, ਕਹਿੰਦਾ ਵੀ ਮੈਂ ਆਹ ਮੇਰਾ ਆਇਡੈਂਟੀ ਕਾਰਡ ਹੋਇਆ, ਮੈਂ ਪ੍ਰੈਸ ਰਿਪੋਰਟ ਰਿਹਾ। ਅਤੇ ਮੇਰੇ ਮੂੰਹੋਂ ਇੰਨੀ ਗੱਲ ਨਿਕਲ ਗਈ ਜੀ, ਮੈਂ ਕਿਹਾ ਤੁਹਾਡਾ ਤਾਂ ਕੇਬਲ ਦਾ ਕੰਮ ਹੈ, ਪ੍ਰੈਸ ਵਾਲੇ ਤਾਂ ਦੂਜੇ ਹੁੰਦੇ ਆ। ਉਹ ਕਹਿੰਦਾ ਹਾਂ ਜਾਂ ਤੂੰ ਇੰਨੀ ਗੱਲ ਕਹੀ ਤਾਂ ਕਹੀ ਕਿਉਂ? ਕਹਿੰਦਾ ਵੀ ਮੇਰੇ ਆਇਡੈਂਟੀ ਕਾਰਡ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਐਂ ਆ ਫਲਾਣ ਆ। ਉਹ ਮੁੜ ਕੇ ਘਰਦਿਆਂ ਨੂੰ ਮੇਰੇ ਨੂੰ ਪਤਾ ਲੱਗਾ, ਇਹ ਮੈਨੂੰ ਲੈ ਆਏ। ਮੈਂ ਜੋ ਘਰ ਆਇਆ ਵਾਂ ਬੂਹੇ ਦਾ ਗਾੜੀ ਖੜੋਤਾ, ਉੱਥੇ ਮਗਰੇ ਆਣ ਕੇ ਅਤੇ ਉੱਥੇ ਗਾਲਾਂ ਕੱਢਣ ਲੱਗ ਪਏ। ਮੈਂ ਇਹਨਾਂ ਨੂੰ ਇਹੋ ਗੱਲ ਕਹੀ, ਮੈਂ ਵੀ ਮੈਂ ਇੱਥੇ ਗੇਟ 'ਤੇ ਗਾੜੀ ਵੱਧ ਘੱਟ ਨਹੀਂ ਬੋਲਣਾ, ਗਾਲ ਮੰਦਾ ਨਹੀਂ ਕਰਨਾ। ਉਹ ਕਹਿੰਦਾ ਮੈਨੂੰ ਕੋਈ ਡੱਕ ਨਹੀਂ ਸਕਦਾ, ਮੈਂ ਜੋ ਮਰਜ਼ੀ ਕਰ ਸਕਦਾ, ਸਾਰੀ ਪੁਲਿਸ ਮੇਰੇ ਹੱਥ 'ਚ ਆ, ਮੈਂ ਜੋ ਮਰਜ਼ੀ ਕਰ ਸਕਦਾ। ਉਹਨੂੰ ਕੁਲਦੀਪ ਸਿੰਘ ਉਹਨੇ ਕਿਹਾ ਜਾ ਲਿਆ ਕੇ ਤਾਂ ਬਾਹਾਂ ਵੱਢ ਦੇ ਦੀਆਂ। ਉਹ ਜਿੰਦਰ ਨੂੰ ਲਿਆ ਕੱਢ ਕੇ ਘੋੜਾ ਜਿਹਾ ਜਿਹੜਾ ਲੱਕੜਾਂ ਪਾੜਨ ਲਾਉਂਦਾ ਮੇਰੇ ਸਿਰ 'ਚ ਮਾਰ ਲੱਗਾ। ਜਦੋਂ ਮੈਂ ਆਪਣੇ ਬਚਾਅ ਵਾਸਤੇ ਬਾਹਾਂ ਤਾਂ ਕਰਕੇ ਫੜਨ ਲੱਗਾ ਘੋੜੇ ਨੂੰ, ਮੇਰੀ ਉਂਗਲ ਵੱਢੀ ਗਈ ਜੀ। ਉਂਗਲ ਮੇਰੀ ਜਿਹੜੀ ਆ ਖੂਨੋ ਖੂਨ ਹੋ ਗਿਆ, ਸਾਰਾ ਹੀ ਥੱਲੇ ਵੀ ਸਾਰੇ ਖੂਨ ਹੋ ਗਿਆ। ਅਤੇ ਬੇਟੇ ਨੇ ਗੱਡੀ ਕੱਢੀ, ਜਦੋਂ ਗੱਡੀ ਬਾਹਰ ਕੱਢਦੇ ਸੀ ਉਦੋਂ ਮੈਨੂੰ ਇਹਨਾਂ ਦੱਸਿਆ ਵੀ ਬਲਜਿੰਦਰ ਸਿੰਘ ਦੇ ਵੀ ਉਹਨੇ ਚਪੇੜ ਮਾਰੀ ਮਗਰੋਂ ਆਣ ਕੇ। ਪਰ ਅਸੀਂ ਜੀ ਆਪਣੀ ਹਫੜਾ ਦਫੜੀ ਦੇ 'ਚ ਕੋਈ ਗੱਲ ਨਹੀਂ ਕੀਤੀ, ਅਸੀਂ ਇੱਥੇ ਆ ਗਏ। ਜਦੋਂ ਅਸੀਂ ਹਸਪਤਾਲ ਆ ਗਏ ਹਾਂ ਤਾਂ ਮਗਰੋਂ ਉਹਨਾਂ ਨੇ ਟੈਲੀਫੋਨ ਕਰਕੇ, ਸਾਡੇ ਹੁੰਦਿਆਂ ਟੈਲੀਫੋਨ ਕਰੀ ਜਾਂਦਾ ਮੁੰਡਿਆਂ ਨੂੰ, ਅਤੇ 2 ਗੱਡੀਆਂ ਭਰ ਕੇ ਮੁੰਡਿਆਂ ਦੀਆਂ ਲਿਆ। ਰਾਤ 12 ਵਜੇ ਤੱਕ ਗਾਲਾਂ ਕੱਢਦੇ ਰਹੇ, ਗੇਟ ਭਾਂਦੇ ਰਹੇ ਸਾਡਾ। ਮੇਰੀ ਗੱਲ ਸੁਣੋ ਜੀ, ਪਿਸਟਲ ਮੇਰੇ ਕੋਲ ਲਾਇਸੈਂਸੀ ਆ, ਕੋਈ ਪਿਸਟਲ ਨਹੀਂ ਕੱਢਿਆ ਮੈਂ। ਮੇਰੇ ਕੋਲ ਵੀਡੀਓ ਸਾਰੀਆਂ ਹੈਗੀਆਂ, ਮੈਂ ਤੁਹਾਨੂੰ ਵੀਡੀਓ ਵਿਖਾ ਦਿੰਦਾ। ਨਹੀਂ ਸਰ, ਝੂਠ ਬੋਲਣ ਜਿੰਨਾ ਮਰਜ਼ੀ ਬੋਲਣ, ਮੇਰੇ ਕੋਲ ਵੀਡੀਓ ਹੈਗੀਆਂ ਵਾ। ਜਿਹੜਾ ਪਿਸਟਲ ਦੀ ਗੱਲ ਕਰਦੇ ਆ, ਉਹ ਜਦੋਂ ਇਹਨੇ ਮੇਰੇ ਘੁਹਾੜਾ ਮਾਰਿਆ, ਬਾਅਦ 'ਚ ਮੁੰਡੇ ਨੇ ਕੱਢਿਆ ਤਾਂ ਕੱਢਿਆ, ਮੈਂ ਪਹਿਲਾਂ ਪਿਸਟਲ ਕਿਸੇ ਨੇ ਕੱਢਿਆ, ਅਸੀਂ ਬਾਹਰ ਬੈਠੇ ਗੱਲਾਂ ਬਾਤਾਂ ਕਰਨ ਦੇ, ਕੋਈ ਗੱਲ ਨਹੀਂ ਜੀ। ਉਹਨੇ ਸਿਰਫ ਪ੍ਰੈਸ ਰਿਪੋਰਟਰ ਦਾ ਕਿਹਾ ਵੀ ਮੈਂ ਪ੍ਰੈਸ ਰਿਪੋਰਟਰ ਹਾਂ, ਪੁਲਿਸ ਮੇਰੀ ਮੁੱਠ 'ਚ ਆ, ਮੈਂ ਜੋ ਮਰਜ਼ੀ ਕਰ ਸਕਦਾ। ਮੈਂ ਤਾਂ ਜੀ ਇਨਸਾਫ ਚਾਹੀਦਾ ਮੈਨੂੰ ਬਸ। ਮੈਂ ਤਾਂ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ, ਪੁਲਿਸ ਬਿਆਨ ਲੈ ਕੇ ਗਈ, ਲੇਕਿਨ ਉਹਨਾਂ ਦੇ ਘਰ ਵੀ ਗਏ ਆ ਪੁਲਿਸ ਵਾਲੇ, ਲੇਕਿਨ ਕੋਈ ਬੰਦਾ ਨਹੀਂ, ਕੋਈ ਉਹਨਾਂ ਨੇ ਫੜਿਆ ਫੜਿਆ ਕੋਈ ਨਹੀਂ ਗਾ। ਕੁਲਦੀਪ ਸਿੰਘ ਭਾਜੀ ਮੇਰਾ ਨਾਮ। ਬੈਠੇ ਹਾਂ ਸਰ ਸ਼ਾਮਾਂ ਦੇ ਟਾਈਮ 'ਤੇ ਆਪਾਂ, ਅਤੇ ਇਸ ਤਰ੍ਹਾਂ ਹੀ 2-2 ਪੈਗ ਲਾਏ ਇਹਨਾਂ ਨੇ। ਇਸ ਤਰ੍ਹਾਂ ਵੈਸੇ ਪ੍ਰੋਗਰਾਮ ਹੀ ਭਾਜੀ ਹੁੰਦਾ ਲਾਗੇ, ਅਤੇ ਆਪਾਂ ਸਲਾਹ ਜੀ ਕਰਨ ਡੇ ਹਾਂ, ਅਤੇ ਇਹ ਵੀ ਆ ਗਏ ਸਾਡੇ ਲਾਗੇ ਪੈ ਗਏ। ਇਸ ਮੈਂ ਹਾਂ ਭਾਜੀ ਲਾਗੇ ਕਾਲਾ, ਲਾਗੇ ਗਵਾਂਢੀ 1-2 ਵੈਸੇ ਪੈਗ ਸ਼ੈਗ ਲਾਉਣ ਡੇ ਹਾਂ। ਇਹ ਸੁਖਵਿੰਦਰ ਸਿੰਘ ਜੀ ਵੀ ਆ ਗਏ ਸਾਡੇ ਲਾਗੇ, ਪੈਗ ਸ਼ੈਗ ਲਾਉਣ ਡੇ ਪਏ। ਚਲੋ ਜੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਮੈਂ ਜੀ ਆਪਣੀ ਕੋਠੀ 'ਤੇ ਮੇਰੀ ਗੱਲ ਹੋਣ ਡੀ, ਭਾਜੀ ਨੇ ਗਾਹਕ ਲੈ ਕੇ ਆਏ ਅਤੇ ਇਹ ਮੈਨੂੰ ਡੈ ਪਿਆ, ਕਹਿੰਦਾ ਤੂੰ ਕੋਠੀ ਵੇਚਣ ਲਾ ਦਿੱਤੀ ਆ ਫਲਾਣਾ ਢੀਂਗਾ, ਡੈ ਪਿਆ ਮੇਰਾ ਤਾਂ ਠਾਉਣ, ਅਤੇ ਮੈਂ ਨਾ ਇਹਦੇ ਪੈਰੀ ਹੱਥ ਲਾ ਦਿੱਤਾ। ਪਾਪਾ ਜੀ ਤੁਸੀਂ ਵੱਡੇ ਸਿਆਣੇ ਜੀ ਸਾਡੇ, ਅਤੇ ਚਲੋ ਮੈਂ ਉਹ ਗੱਲ ਛੱਡੀ। ਬਾਅਦ 'ਚੋਂ ਬਹਿਸ ਬੂਸ ਹੋ ਕੇ ਆਪਾਂ ਗੱਲ ਬਹਿ ਗਏ ਹਾਂ। ਬਾਅਦ 'ਚੋਂ ਕਾਲੇ ਭਾਜੀ ਨੇ ਕਿਹਾ ਕਿਤੇ ਚਲੋ ਮੈਨੂੰ ਵੀ ਵਧਾਈ ਦਿਓ, ਮੈਂ ਕਾਰਡ ਬਣ ਗਿਆ ਮੇਰਾ ਵੀ ਪ੍ਰੈਸ ਰਿਪੋਰਟਰ ਦਾ, ਅਤੇ ਕਹਿੰਦਾ ਤੇਰਾ ਕਿਤੇ 20 ਪ੍ਰੈਸ ਰਿਪੋਰਟਰ ਭੱਜੇ ਫਿਰਦੇ ਆ, ਤੇਰਾ ਕਿਤੇ ਬੱਸਾਂ ਤੋਂ ਅਸੀਂ ਇਸ ਤਰ੍ਹਾਂ ਲਾਉਂਦੇ ਰਹੇ, ਜੇ ਕਰਦੇ। ਉਹ ਤੋਂ ਭਾਜੀ ਥੋੜ੍ਹੀ ਥੋੜ੍ਹੀ ਬਹਿਸ ਹੋ ਗਈ ਆ, ਬਹਿਸ ਚੱਲਦੀ ਗੱਲ ਵੱਧ ਗਈ ਆ। ਇਹਦਾ ਮੁੰਡਾ ਆ ਗਿਆ ਬਿੱਲਾ, ਬਾਅਦ 'ਚੋਂ ਵੱਡਾ ਆ ਗਿਆ ਦੂਜਾ ਜੱਸੀ। ਬਸ ਇਹ ਦੋਵਾਂ ਦਾ ਗਾਲੋ ਮੰਦੀ ਸਾਡੇ ਨਾਲ ਹੋਏ ਆ, ਮਾਂ ਭੈਣ ਇੱਕ ਕੀਤੀ ਭਾਜੀ, ਪਰ ਪਤਾ ਨਹੀਂ ਲੱਗਾ ਕੀ ਬਣਿਆ, ਸਾਨੂੰ ਆਪ ਨਹੀਂ ਸਮਝ ਲੱਗੀ ਕੀ ਬਣਿਆ ਸਾਡੇ ਨਾਲ। ਅਤੇ ਇਹ ਪਿਸਟਲ ਦਾ ਬਾਅਦ 'ਚ ਇਹਨਾਂ ਨੇ ਭਾਜੀ ਪਿਸਟਲ ਕੱਢ ਕੇ ਲਿਆਂਦਾ ਅੰਦਰੋਂ, ਅਤੇ ਬਾਅਦ 'ਚ ਇਹਨਾਂ ਨੇ ਮੁੰਡੇ ਵੀ ਬੁਲਾਏ ਆ, ਗੱਡੀ ਦੇ ਮੁੰਡੇ ਵੀ ਆਏ ਭਾਜੀ ਨਾਲ, ਅਤੇ ਇਹਨਾਂ ਨੇ ਚੰਗਾ ਹੱਥੋਂ ਪਾਈ ਹੋਏ ਆ ਮੁੜ ਕੇ। ਅਤੇ ਮੇਰੇ ਵੀ ਭਾਜੀ ਆ ਵੇਖੋ, ਮੇਰੇ ਵੀ ਇਹਨਾਂ ਨੇ ਮਾਰੀ ਆ ਡਾਂਗ ਵੱਜੀ ਮੇਰੇ ਵੀ ਭਾਈ, CCTV ਹੈਗੀ ਆ ਆਪਣੇ ਕੋਲ ਸਾਰੇ, ਇਹਨਾਂ ਪਿਸਟਲ ਵਾਲੀ ਵੀ ਹੈਗੀ ਆਪਣੇ ਕੋਲੋਂ। ਮੰਗ ਇਹ ਕਰਦੇ ਭਾਜੀ ਇਨਸਾਫ ਚਾਹੀਦਾ ਤੁਹਾਨੂੰ। ਇਹ ਜੀ ਸੁਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਜਿਹੜੇ ਵਾਸੀ ਜੰਡਵੀਰ ਪ੍ਰੀਤਮ ਨਗਰ ਕਲੋਨੀ ਆ, ਪ੍ਰੀਤਮ ਸਿਟੀ ਸੋਰੀ, ਇਹ ਆਪਸ ਆਂਢੀ ਗੁਆਂਢੀ ਆ, ਕਿਤੇ ਮਾਮੂਲੀ ਗੱਲ ਤੋਂ ਇਹਨਾਂ ਦਾ ਤਕਰਾਰ ਹੋਇਆ ਸੀ ਆਪਸ 'ਚ, ਅਤੇ ਇਹਨਾਂ ਦਾ ਝਗੜਾ ਹੋਇਆ ਵਾ, ਅਤੇ ਤਫਤੀਸ਼ ਕੀਤੀ ਜਾ ਰਹੀ ਆ, ਵੇਖਦੇ ਹਾਂ ਜੋ ਵਿੱਚੋਂ ਨਿਕਲਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। CCTV ਫੁਟੇਜ ਖੰਗਾਲ ਰਹੇ ਹਾਂ, ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੋਈ ਕੀਤੀ ਜਾਏਗੀ। ਕਿਸੇ ਦੀ ਉਂਗਲੀ ਵੱਢੀ ਗਈ ਆ? ਇੱਕ ਕੋਈ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਕੋਈ ਮਾਮੂਲੀ ਜਿਹੀ ਚੋਟ ਆਈ ਆ, ਉਹਦੇ ਬਾਰੇ 'ਚ ਰਿਪੋਰਟ ਲੈ ਰਹੇ, ਉਹਦੀ ਕੀ ਹੁੰਦਾ ਜੋ ਆਏਗਾ ਉਹਦੇ ਮੁਤਾਬਕ ਕਰ।